ਪ੍ਰੋ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ। ਮੈਂ ਮਨਦੀਪ ਜੋਤ ਸਿੰਘ। ਹਿਮਾਚਲ ਤੇ ਪੰਜਾਬ ਨੂੰ ਲੈ ਕੇ ਕਈ ਘਟਨਾਵਾਂ ਸਾਹਮਣੇ ਆਈਆਂ ਤੇ ਉਸ ਤੋਂ ਬਾਅਦ ਲੋਕਾਂ ਨੇ ਬਹੁਤ ਨੈਗੇਟਿਵਿਟੀ ਫੈਲਾਈ। ਲੋਕ ਕਹਿਣ ਲੱਗ ਗਏ ਹਿਮਾਚਲ ਨਾ ਜਾਓ, ਕਸ਼ਮੀਰ ਘੁੰਮਣ ਚੱਲ ਜਾਓ। ਬਹੁਤ ਸਾਰੀਆਂ ਗੱਲਾਂ ਲੋਕਾਂ ਨੇ ਕਹੀਆਂ ਆਪੋ ਆਪਣੇ ਹਿਸਾਬ ਕਿਤਾਬ ਦੇ ਨਾਲ। ਜਿੰਨਾ ਕੁ ਹਰੇਕ ਦਾ ਦਿਮਾਗ ਕੰਮ ਕਰਦਾ ਉਸ ਹਿਸਾਬ ਦੇ ਨਾਲ ਹਰੇਕ ਨੇ ਗੱਲਾਂ ਕਹੀਆਂ, ਪਰ ਭਾਈਚਾਰੇ ਦੇ ਹੱਕ ਦੇ ਵਿੱਚ ਸਾਨੂੰ ਹਮੇਸ਼ਾ ਬੋਲਣਾ ਚਾਹੀਦਾ। ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ। ਵੰਡੀਆਂ ਤਾਂ ਵੈਸੇ ਬਹੁਤ ਕੁਝ ਹੋ ਰਿਹਾ ਹੈਗਾ ਸੰਸਾਰ ਦੇ ਉੱਪਰ, ਵੰਡੀਆਂ ਤਾਂ ਆਪਣੇ ਆਪ ਪੈ ਜਾਂਦੀਆਂ, ਪਰ ਇਹ ਕਿਸੇ ਨੂੰ ਇਕੱਠੇ ਜੋੜਨ ਦਾ ਜਾਂ ਕਿਸੇ ਨੂੰ ਇਕੱਠੇ ਕਰਨ ਦਾ ਕੰਮ ਜਿਹੜਾ ਉਹ ਆਪਣੇ ਆਪ ਦੇ ਵਿੱਚ ਨਿਵੇਕਲਾ ਹੁੰਦਾ। ਤਾਂ ਤੁਸੀਂ ਦੇਖ ਸਕਦੇ ਇੱਕ ਪਾਸੇ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾਂਗੇ, ਇਹ ਤਸਵੀਰ ਹੈ ਜਿੱਥੇ ਕੁਝ ਨਿਹੰਗ ਸਿੰਘ ਅਤੇ ਨਾਲ ਹੋਰ ਸਾਫ਼ ਸੂਰਤ ਸਿੱਖ ਨੌਜਵਾਨ ਹਿਮਾਚਲ ਘੁੰਮਣ ਗਏ ਹੋਏ ਨੇ। ਧਰਮਸ਼ਾਲਾ ਦੇ ਵਿੱਚ ਉਹ ਗਏ ਹੋਏ ਨੇ, ਉਹਨਾਂ ਨੇ ਬਹੁਤ ਸਾਰਾ ਹੋਰ ਵੀ ਜਿਹੜਾ ਏਰੀਆ ਘੁੰਮਿਆ ਅਤੇ ਉਸ ਤੋਂ ਬਾਅਦ ਉਹ ਇੱਕ ਵੀਡੀਓ ਸਾਂਝੀ ਕਰਦੇ ਨੇ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਆਪਸੀ ਸਾਂਝੀਵਾਲਤਾ ਕਾਇਮ ਰੱਖੋ, ਨਾ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਓ, ਨਾ ਸੋਸ਼ਲ ਮੀਡੀਆ ਦੇ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਓ, ਕਿਉਂਕਿ ਨੈਗੇਟਿਵਿਟੀ ਤਾਂ ਬਹੁਤ ਜ਼ਿਆਦਾ ਫੈਲਦੀ ਆ। ਪਰ ਦੋਸਤੋ, ਨਾਲ ਨਾਲ ਸ਼ੇਅਰ ਜ਼ਰੂਰ ਕਰ ਦਿਓ ਇਸ ਖਬਰ ਨੂੰ। ਜੋ ਜੋ ਦੇਖ ਰਿਹਾ ਹੋਏਗਾ ਚੰਗੀਆਂ ਚੀਜ਼ਾਂ ਸ਼ੇਅਰ ਕਰ ਦਿਆ ਕਰੋ ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਪੋਜ਼ਿਟਿਵ ਚੀਜ਼ਾਂ ਜਾਣ। ਨੈਗੇਟਿਵਿਟੀ ਤਾਂ ਵੈਸੇ ਸੰਸਾਰ ਦੇ ਉੱਪਰ ਬਹੁਤ ਫੈਲੀ ਹੋਈ ਹੈ, ਹਰੇਕ ਬੰਦੇ ਟੈਨਸ਼ਨ ਦਾ ਸ਼ਿਕਾਰ ਹੈ, ਪਰ ਦੂਜੇ ਪਾਸੇ ਜੇ ਅਸੀਂ ਪੋਜ਼ਿਟਿਵ ਚੀਜ਼ਾਂ ਸ਼ੇਅਰ ਕਰੋਗੇ ਤਾਂ ਸੰਸਾਰ ਨੂੰ ਇੱਕ ਚੰਗਾ ਮੈਸੇਜ ਮਿਲੇਗਾ। ਤਾਂ ਇਹਨਾਂ ਨੇ ਕਿਹਾ ਕਿ ਹਿਮਾਚਲ ਅਤੇ ਪੰਜਾਬ ਦੋਨੇ ਜਿਹੜਾ ਸਾਂਝੀਵਾਲਤਾ ਦਾ ਸੰਦੇਸ਼ ਤੁਸੀਂ ਜ਼ਰੂਰ ਦਿਆ ਕਰੋ, ਕਿਉਂਕਿ ਹਿਮਾਚਲ ਦੇ ਵਿੱਚ ਕੁਛ ਵੀ ਇੱਦਾਂ ਦਾ ਨਹੀਂ ਹੋ ਰਿਹਾ ਜੋ ਕੁਛ ਫੈਲਾਇਆ ਜਾ ਰਿਹਾ ਸੀ। ਤਾਂ ਇਹ ਨੌਜਵਾਨ ਇਹ ਵੀ ਗੱਲ ਕਹਿ ਰਹੇ ਨੇ ਕਿ ਸ਼ਰਾਰਤੀ ਅਨਸਰ ਨੇ, ਬਾਕੀ ਗੱਲ ਕੀ ਕਹਿ ਰਹੇ ਨੇ ਤੁਸੀਂ ਆਪ ਸੁਣ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤਰੀਕ 20/6/2024, ਅਸੀਂ 3-4 ਦਿਨ ਪਹਿਲਾਂ ਤੋਂ ਇੱਕ ਸੋਸ਼ਲ ਮੀਡੀਆ 'ਤੇ ਬਹੁਤ ਵੀਡੀਓ ਦੇਖ ਰਹੇ ਹਾਂ ਵੀ ਹਿਮਾਚਲ ਦੇ ਵਿੱਚ ਜਿਹੜੇ ਪੰਜਾਬੀ ਲੋਕ ਘੁੰਮਣ ਫਿਰਨ ਆ ਰਹੇ ਆ ਉਹਨਾਂ ਦੀਆਂ ਕੋਈ ਗੱਡੀਆਂ ਭੰਨ ਰਹੇ ਆ, ਰੋਕ ਕੇ ਲੜਾਈ ਝਗੜਾ ਹੋ ਰਿਹਾ ਆ ਅਤੇ ਉਹਨਾਂ ਨਾਲ ਧੱਕਾ ਕਰ ਰਹੇ। ਬਹੁਤ ਵੱਡੇ ਪੱਧਰ 'ਤੇ ਇਹ ਮਸਲਾ ਪੰਜਾਬ ਦੇ ਸੋਸ਼ਲ ਮੀਡੀਆ ਸਾਈਟਾਂ 'ਤੇ ਦੇਖਣ ਨੂੰ ਮਿਲ ਰਿਹਾ, ਚੈਨਲਾਂ ਪਰ ਵੀ ਖਬਰ ਚੱਲਦੀ ਹੈ। ਇਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕੁਛ ਸਿੰਘ ਅੱਜ ਹਿਮਾਚਲ ਆਏ ਹਾਂ, ਅੱਜ ਆਪਾਂ ਧਰਮਸ਼ਾਲਾ ਇੱਥੇ ਖੜ੍ਹੇ ਹਾਂ, ਰਾਸਤੇ ਵਿੱਚ ਆਏ ਹੈ, ਇੱਥੇ ਘੁੰਮੇ ਫਿਰੇ ਹਾਂ। ਸਾਨੂੰ ਇੱਦਾਂ ਦਾ ਕੋਈ ਮਾਹੌਲ ਦੇਖਣ ਨੂੰ ਨਹੀਂ ਮਿਲਿਆ, ਕੋਈ ਇੱਦਾਂ ਦੀ ਹਰਕਤ ਨਹੀਂ ਦੇਖੀ। ਇੱਥੇ ਦੇ ਲੋਕਾਂ ਨੇ ਚੰਗਾ ਬਿਹੇਵ ਕੀਤਾ, ਆਉਂਦੇ ਜਾਂਦੇ ਸਤਿ ਸ਼੍ਰੀ ਅਕਾਲ ਬਣਾਉਂਦੇ ਆ, ਕੋਈ ਇੱਦਾਂ ਦੀ ਘਟਨਾ ਹੈ ਨਹੀਂ ਗੀ ਜੋ ਸਾਡੀ ਨਜ਼ਰ 'ਚ ਹੋਵੇ। ਪਰ ਫਿਰ ਵੀ ਜੋ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਉਹ ਵੀ ਝੂਠ ਨਹੀਂ ਹੈਗਾ, ਇਹ ਹੋ ਰਿਹਾ ਆ, ਕਿਤੇ ਕਿਤੇ ਘਟਨਾਵਾਂ ਹੋ ਰਹੀਆਂ। ਉਹਦੇ ਵਿੱਚ ਜੋ ਆਪਾਂ ਸੋਚਦੇ ਹਾਂ ਉਹਦੇ ਵਿੱਚ ਮੈਨੂੰ ਲੱਗਦਾ ਕਿ ਥੋੜ੍ਹਾ ਹਿੱਸਾ ਜਿਹੜਾ ਕੁਛ ਰਾਜਨੀਤਿਕ ਲੋਕਾਂ ਦੇ ਪ੍ਰਭਾਵ 'ਚ ਹੈ, ਕੁਛ ਬੰਦੇ ਜਿਹੜੇ ਉਹਨਾਂ ਦੀ ਸ਼ਹਿਰ ਦੇ ਵਿੱਚ ਹੈ ਉਹੀ ਇਸ ਮਸਲੇ ਨੂੰ ਜ਼ਿਆਦਾ ਉਛਾਲ ਰਹੇ ਆ ਅਤੇ ਉਹੀ ਇਹ ਘਟਨਾਵਾਂ ਨੂੰ ਪਹਿਲ ਦੇ ਰਹੇ, ਉਹਨਾਂ ਦੇ ਕਰਕੇ ਹੀ ਇਹ ਘਟਨਾਵਾਂ ਹੋ ਰਹੀਆਂ। ਪਰ ਇਹਦਾ ਅਸਰ ਹੈ ਜਿਹੜਾ ਉਹ ਬਹੁਤ ਵੱਡੇ ਪੱਧਰ 'ਤੇ ਦੇਖਣ ਨੂੰ ਮਿਲੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਮਸਲਾ ਸੋਲਵ ਨਾ ਹੋਇਆ। ਬਹੁਤ ਪੰਜਾਬੀ ਹੈ ਜਿਹੜੇ ਹਿਮਾਚਲ ਦੇ ਵਿੱਚ ਰਹਿੰਦੇ ਆ ਅਤੇ ਬਹੁਤ ਹਿਮਾਚਲ ਦੇ ਲੋਕ ਹੈ ਜਿਹੜੇ ਪੰਜਾਬ ਦੇ ਵਿੱਚ ਨੌਕਰੀਆਂ ਕਰਦੇ ਆ, ਕਾਲਜਾਂ 'ਚ ਪੜ੍ਹਦੇ ਆ, ਸਟੂਡੈਂਟ ਰਹਿੰਦੇ ਆ। ਸ਼ਰਾਰਤੀ ਅਨਸਰ ਦੋਨੋਂ ਪਾਸੇ ਹੁੰਦੇ ਆ। ਜੇ ਹਿਮਾਚਲ ਦੇ ਕੁਛ ਬੁਰੇ ਬੰਦੇ ਇਹ ਘਟਨਾਵਾਂ ਨੂੰ ਅੰਜਾਮ ਦੇ ਰਹੇ ਆ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕੁਛ ਸ਼ਰਾਰਤੀ ਅਨਸਰ ਉੱਥੇ ਹਿਮਾਚਲ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ, ਉਹਦੇ ਨਾਲ ਇਹ ਮਸਲਾ ਵੱਡਾ ਹੋ ਜਾਣਾ। ਆਪਾਂ ਹਿਮਾਚਲ ਦੇ ਚੰਗੇ ਲੋਕਾਂ ਨੂੰ, ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਉਹ ਬੁਰੇ ਲੋਕਾਂ ਨੂੰ ਜਿਹੜੇ ਬਹੁਤ ਘੱਟ ਗਿਣਤੀ 'ਚ ਹਰਕਤਾਂ ਕਰ ਰਹੇ ਆ ਉਹਨਾਂ ਨੂੰ ਨੱਥ ਪਾਉਣ, ਤਾਂ ਜੋ ਇਹ ਇੱਕ ਜੋ ਪਹਿਲਾਂ ਤੋਂ ਚੱਲ ਆ ਰਹੇ ਲੋਕ ਆ, ਆਪਣੇ ਅੱਜ ਨਹੀਂ ਆਏ, ਪਹਿਲੀ ਵਾਰ ਥੋੜ੍ਹੀ ਹਿਮਾਚਲ 'ਚ ਘੁੰਮਣ ਆਏ ਆ, ਬਹੁਤ ਸਾਲਾਂ ਤੋਂ ਆ ਰਹੇ ਆ, ਅੱਗੇ ਵੀ ਆਉਣਾ ਆ,
ਇਹ ਪੰਜਾਬ ਦਾ ਹਿੱਸਾ ਰਿਹਾ ਆ, ਬਹੁਤ ਵੱਡੇ ਪੱਧਰ ਤੇ ਇਕੱਠੇ ਰਹੇ ਆ, ਕੁਛ ਗੱਲਾਂ ਚ ਨਹੀਂ ਸਹਿਮਤੀਆਂ ਹੈਗੀਆਂ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇੱਥੇ ਆਉਣ ਜਾਣ ਵਾਲਿਆਂ ਨੂੰ ਪਰੇਸ਼ਾਨ ਕਰੋ। ਇਹ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ, ਨਹੀਂ ਤਾਂ ਇਹਦਾ ਜਿਹੜਾ ਸਿੱਟਾ ਆ ਇਹ ਦੋਵੇਂ ਪਾਸੇ ਰਾਜਨੀਤਿਕ ਲੋਕਾਂ ਦੀ ਸ਼ਹਿ ਤੇ ਇਹਦਾ ਬਹੁਤ ਬੁਰਾ ਅਸਰ ਪੈਣਾ ਆ। ਅਸੀਂ ਇਹਦੇ ਵਿੱਚ ਸਾਡੇ ਨਾਲ ਮਿਸਲ ਸਤਲੁਜ ਤੋਂ ਵੀਰ ਤੇਜੀ ਬਾਂਗਟ ਤੇ ਜਥੇਦਾਰ ਸਤਨਾਮ ਸਿੰਘ ਭਾਰਾਪੁਰ, ਜਥੇਦਾਰ ਸਤਨਾਮ ਸਿੰਘ ਮੀਰੀ ਪੀਰੀ ਸੇਵਾ ਅਪੀਲ ਕਰਦੇ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।